ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਜਲੰਧਰ, ਜਿੱਥੇ ਏਜੰਟਾਂ ਦੀ ਮੰਡੀ ਲੱਗੀ ਹੋਈ ਹੈ। ਭੋਲੇ ਭਾਲੇ ਨੌਜਵਾਨਾਂ ਨੂੰ ਫੋਨ ਕਰਕੇ ਪਹਿਲਾਂ ਆਪਣੇ ਦਫ਼ਤਰ 'ਚ ਬੁਲਾਉਂਦੇ ਆ, ਫਿਰ ਉਸ ਤੋਂ ਬਾਅਦ ਲੱਖਾਂ ਹਜ਼ਾਰਾਂ ਰੁਪਇਆ ਲੈ ਕੇ ਉਹ ਆਪਣੀਆਂ ਜੇਬਾਂ 'ਚ ਪਾ ਕੇ ਆਪਣੀਆਂ ਕੋਠੀਆਂ ਬਣਾਉਂਦੇ ਨੇ। ਜਦੋਂ ਉਹਨਾਂ ਦੇ ਦਫ਼ਤਰ ਜਾਂਦੇ ਆ ਤੇ ਉਹਨਾਂ ਨੂੰ ਧਮਕੀਆਂ ਦੇ ਕੇ ਬੌਂਸਰਾਂ ਦੇ ਨਾਲ ਭਜਾ ਦਿੱਤਾ ਜਾਂਦਾ। ਅੱਜ ਮੈਂ ਪਹੁੰਚਿਆ ਲੁਧਿਆਣੇ ਦੇ, ਸੋਰੀ ਜਲੰਧਰ ਦੇ ਵਿੱਚ ਸਟੈਪ ਟਰੈਵਲ ਦੇ ਵਿੱਚ, ਜਿੱਥੇ ਇਹਨਾਂ ਦੇ ਕੋਲ 1, 2, 3, 4, 5 ਤੇ 6 ਤੇ 4 ਪਾਸਪੋਰਟ ਆਏ ਤੇ 10 ਪਾਸਪੋਰਟ ਬਰਾਮਦ ਹੋਏ ਆ। ਇਹਨਾਂ ਦੇ ਨਾਲ ਇੱਥੇ ਲਾਈਨ ਲੱਗੀ ਹੋਈ ਆ ਅਲੱਗ ਅਲੱਗ ਲੋਕਾਂ ਦੀ, ਜਿਹੜੇ ਕਹਿੰਦੇ ਕਿ ਅਸੀਂ ਇਹਨਾਂ ਕੋਲੋਂ ਪੈਸੇ ਲੈਣੇ ਆ। ਇੱਥੇ ਮੇਰੇ ਨਾਲ ਬੈਠੇ ਸੀ ਭਾਈ ਸਾਹਿਬ, ਤੁਸੀਂ ਇਹਨਾਂ ਤੋਂ ਪੈਸੇ ਲੈਣੇ ਆ ਜੀ? ਕਿੰਨੇ ਪੈਸੇ ਲੈਣੇ ਆ? 60,000 ਕਦੇ? 6-7 ਮਹੀਨੇ ਹੋ ਗਏ। ਇਸੇ ਤਰ੍ਹਾਂ ਇਹ ਅਲੱਗ ਅਲੱਗ ਲੋਕਾਂ ਨੂੰ ਠੱਗਦੇ ਆ, ਪਰ ਮੈਂ ਸਮਝਦਾ ਜਿੱਥੇ ਇਹਨਾਂ ਦੀ ਵੱਡੀ ਗਲਤੀ ਉੱਥੇ ਆਮ ਲੋਕਾਂ ਦੀ ਵੀ ਬਹੁਤ ਵੱਡੀ ਗਲਤੀ ਹੈ, ਕਿਉਂਕਿ ਉਹ ਆਪ ਆ ਕੇ ਇਹਨਾਂ ਦੇ ਕੋਲ ਫਸਦੇ ਨੇ। ਅੱਜ ਇਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਵਾਉਣ ਲੱਗੇ ਹਾਂ ਤੇ ਇਹਨਾਂ ਦੇ ਪੈਸੇ ਵਾਪਸ ਕਰਾਵਾਂਗੇ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨੂੰ ਵੀ ਪੈਸੇ ਦੇਣ ਤੋਂ ਪਹਿਲਾਂ, ਪਾਸਪੋਰਟ ਦੇਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਜਿਹੜੀ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਈ ਜਾਵੇ, ਤਾਂ ਕਿ ਜਿਹੜੇ ਉਹ ਟਰੈਵਲ ਏਜੰਟ ਹੈ ਉਹਦੇ ਕੋਈ ਲਾਇਸੈਂਸ ਹੈ ਜਾਂ ਨਹੀਂ ਹੈ, ਤਾਂ ਕਿ ਇਹੋ ਜਿਹੇ ਠੱਗ ਹੈ ਇਹਨਾਂ ਤੋਂ ਜਿਹੜਾ ਬਚਿਆ ਜਾ ਸਕੇ। ਕਿੱਥੇ ਨੂੰ ਭੇਜਦਾ ਹਾਂ ਇਹ ਬਿਲਡਿੰਗ ਦਾ ਬਣਾ ਬਣਾ ਕੇ ਤੂੰ ਦਿਖਾਈ ਜਾਂਦਾ ਲੋਕਾਂ ਨੂੰ? ਕਿਹਨੂੰ ਭੇਜਦਾ ਬਾਹਰ ਨੂੰ? ਕੋਈ ਭੇਜਿਆ ਵੀ ਇੱਥੇ ਅੱਜ ਤੱਕ? ਕੋਈ ਭੇਜਿਆ ਵੀ ਹੈ? ਕਿਹੜਾ ਭੇਜਿਆ ਬੰਦਾ ਤੂੰ? ਕਿਹੜੇ ਬੰਦੇ ਗਏ? ਤੇਰੇ ਕੋਲ ਲਾਇਸੈਂਸ ਹੈਗਾ ਬੰਦੇ ਬਾਹਰ ਭੇਜਣ ਦਾ? ਆਹ ਤੇਰੇ ਕੋਲ ਨੈਸ਼ਨਲ ਪ੍ਰਾਪਰਟੀ ਆ, ਤੂੰ ਕਿਸੇ ਦਾ ਪਾਸਪੋਰਟ ਲੈ ਕੇ ਰੱਖ ਸਕਦਾ ਆਪਣੇ ਕੋਲ? ਇਹ ਕਿੱਦਾਂ ਤੇਰੇ ਕੋਲ ਕਿੱਥੋਂ ਬਰਾਮਦ ਹੋਏ ਵੀਰੇ? ਇਹ ਕਿੰਨੇ ਕਿੰਨੇ ਪੈਸੇ ਦੇਣੇ ਇਹਨਾਂ ਦੇ ਕੋਲ ਜਲਦੀ? ਆ ਮੈਂ ਇੱਕ ਦੇਖਿਆ, ਇੱਕ ਬੰਗਿਆਂ ਦਾ, ਇੱਕ ਵਿੱਚ ਬਲਾਚੌਰ ਦਾ ਵੀ ਪਾਸਪੋਰਟ ਸੀਗਾ ਇਹਦੇ, ਆ ਤਰਨ ਤਾਰਨ ਦਾ ਆ, ਆ ਸ਼ੇਖੂਪੁਰ ਨਵਾਂਸ਼ਹਿਰ ਸਾਡੇ ਹਲਕੇ ਦਾ ਵੀ, ਆ ਮਟਾਲੀ ਇਹ ਬੰਗੇ ਹਲਕੇ ਦਾ। ਤੇਰੇ ਕੋਲ ਨੈਸ਼ਨਲ ਪ੍ਰਾਪਰਟੀ ਲੈਣ ਦਾ ਕੋਈ ਅਧਿਕਾਰ ਹੈ, ਕੋਈ ਹੱਕ ਹੈ ਤੁਹਾਡੇ ਕੋਲ? ਇੱਥੇ ਕਿੱਥੇ ਲੈ ਕੇ ਰੱਖਿਆ ਫਿਰ ਤੁਸੀਂ? ਬੰਦੇ ਦੇ ਪੁੱਤ ਬਣ ਕੇ ਪੈਸੇ ਵਾਪਸ ਕਰਾ ਦੋ, ਜੁੱਤੀ ਬਹੁਤ ਫਿਰੂਗੀ ਤੁਹਾਡੇ। ਚਲੋ ਚੁੱਕੋ ਸਮਾਨ ਸਾਰਾ ਕੁਛ ਦਾ।